जी बेटे आप कुछ सवाल करना चाहते कीजिए। आज की पकाइए आहो 10-13 की ख्याल है। हाँ। हम औरतों का ये रोज का ही मसला है, हर घर का ही मसला है। बड़ी अनायत होगी अगर आप ये थोड़ी नज़म सुना दे हमारे लिए। इन्होंने डायरेक्ट फरमाइश कर दी है। जी, जी। आज की पकाइए 10-13 की ख्याल। अच्छा तुसी कामली रह लो आप ही पका लेंगे। बेटे आप पका लेंगी? पका लूंगी सर। वो एक चौधरी साहब है, हाँ जी, उनका एक बावर्ची है, हाँ जी, जिसका नाम है रहमा। और शाबाश ओ चौधरी साहब पूछते ने बावर्ची नु एक दिन, आज की पकाइए 10-13 की ख्याल है। वो कहता मैं की ख्याल दसा, मेरी की मजा दे। चौधरी साहब कहते रहमे चल अज फिर चस्के ही ला लीए, लभ जान चंगियां ते भिंडियां पका लीए। ਪਤਾ ਬਾਬਾ ਤੁਸਾਂ ਬੁਝੀਆਂ ਨੇ ਦਿਲਾਂ ਦੀਆਂ ਚੋਰੀਆਂ, ਮੇਰਾ ਵੀ ਇਹ ਦਿਲ ਸੀ ਪਕਾਈ ਅੱਜ ਤੋਰੀਆਂ। ਲੂਹਾਂ ਵਾਲੀ ਭਿੰਡੀ ਹੋਵੇ, ਪੋਟਾ ਪੋਟਾ ਲੰਮੀ ਹੋਵੇ, ਅੜੀ ਤੇ ਕਚੂਰ ਹੋਵੇ, ਸੋਹਣੀ ਹੋਵੇ, ਕੂਲੀ ਹੋਵੇ। ਕਿਆ ਬਾਤ ਹੈ। ਔਰ ਵਿੱਚ ਹੁਣ ਬੱਕਰੇ ਦੀ ਪੁੱਠ ਦੀਆਂ ਬੋਟੀਆਂ, ਨਾਲ ਹੋਣ ਛੰਡੀਆਂ ਤੰਦੂਰੀ ਦੀਆਂ ਰੋਟੀਆਂ, ਮੱਖਣ ਦਾ ਪੇੜਾ ਹੋਵੇ, ਲੱਸੀ ਦਾ ਪਿਆਲਾ ਹੋਵੇ, ਭਿੰਡੀਆਂ ਦੇ ਨਖਰੇ ਤੇ ਗਰਮ ਮਸਾਲਾ। ਭਿੰਡੀਆਂ ਬਣਾਉਣਾ ਵੀ ਤੇ ਕੋਈ ਕੋਈ ਜਾਣਦਾ, ਰਿੰਨਣਾ ਪਕਾਉਣਾ ਵੀ ਤੇ ਕੋਈ ਕੋਈ ਜਾਣਦਾ। ਉੱਠਾਂ ਫਿਰ ਚੌਧਰੀ ਜੀ ਫੜਾਂ ਮੈਂ ਤਿਆਰੀਆਂ, ਭਿੰਡੀਆਂ ਬਣਾਵਾਂ ਅੱਜ ਰਾਜ ਕੇ ਕਰਾਰੀਆਂ। ਚੌਧਰੀ ਸਾਹਿਬ ਕਹਿੰਦੇ ਰਹਿਮੇ ਹਜ਼ਾਰ ਹੋਣ ਮਜ਼ੇਦਾਰ ਭਿੰਡੀਆਂ ਹੁੰਦੀਆਂ ਨੇ, ਕੁਝ ਜ਼ਰਾ ਲੇਸਦਾਰ। ਅੰਦਰ ਦਫ਼ਾ ਕਰੋ ਚੌਧਰੀ ਜੀ, ਸਬਜ਼ੀਆਂ ਦੀ ਥੋੜ੍ਹ ਹੈ, ਪਰ ਸਾਨੂੰ ਇਹ ਲਸੂੜੀਆਂ ਪਕਾਉਣ ਦੀ ਲੋੜ। ਬੰਦਾ ਕਾਨੂੰ ਭਿੰਡੀਆਂ ਦੀ ਲੇਸ ਦੀ ਹਵਾੜ ਲਏ, ਇਹਦੇ ਨਾਲ ਉਹ ਪੌੜੀ ਦੀ ਸੁਰੇਸ਼ ਭਾਵੇਂ ਚਾੜ ਲਏ। ਕਹਿੰਦਾ ਕੀ ਖਿਆਲ ਤੇਰਾ, ਝੜੀ ਨਾ ਬਣਾ ਲਈਏ ਜੇ ਤੂੰ ਆਖੇ ਰਹਿਮਿਆਂ ਕਰੇਲੇ ਨਾ ਪਕਾ ਲੈ। ਅੰਦਰ ਈਸੇ ਕੁ ਚੌਧਰੀ ਜੀ ਆਪਦੇ ਖਿਆਲ ਦੀ ਤੇ ਜੰਮੀ ਹੈ ਕੋਈ ਸਬਜ਼ੀ ਕਰੇਲਿਆਂ ਦੇ ਨਾਲ, ਢਿੱਡ ਵਿੱਚ ਐਨ ਜਿਵੇਂ ਲੋਹ ਲੱਗ, ਪੇਟ ਮੇਂ ਰੋਸ਼ਨੀ ਹੋ ਗਈ, ਢਿੱਡ ਵਿੱਚ ਐਨ ਜਿਵੇਂ ਲੋਹ ਲੱਗ, ਤੁਸਾਂ ਗੱਲ ਕੀਤੀ ਹੈ ਤੇ ਰਾਲ ਪੱਗ ਤੇ ਸੱਚ ਪੁੱਛੋ ਚੌਧਰੀ ਜੀ, ਇਹੋ ਮੇਰੀ ਰਾਹ ਹੈ, ਮੈਨੂੰ ਵਿੱਚ ਰੋਕਣਾ ਕਰੇਲਿਆਂ ਦਾ ਚਾਹ। ਚੌਧਰੀ ਜੀ ਹੋਵੇ ਜੇ ਕਰੇਲਾ ਚੰਗਾ ਭਲਿਆ, ਵਿੱਚ ਹੋਵੇ ਕੀ ਮਾਂ ਉੱਤੇ ਧਾਗਾ ਭਲਿਆ, ਗੰਨਿਆਂ ਟਮਾਟਰਾਂ ਦੇ ਨਾਲ ਹੋਵੇ ਤੁੰਨਿਆ, ਫਿਰ ਹੋਵੇ ਘਰ ਦੇ ਘਿਓ ਵਿੱਚ ਭੁੰਨਿਆ, ਫਿਰ ਕੋਈ ਚੌਧਰੀ ਜੀ ਉਸ ਸਵਾਦ ਪਰ ਵੀ ਪਕਾਇਆ ਸੀ ਯਸਟਰ ਈਅਰ, ਪਰ ਵੀ ਪਕਾਏ ਸੀ ਦੁਆਨ ਵੀ ਤੇ ਆਉਂਦਾ। ਹੋਰ ਵੀ ਪਾਏ ਦੀ ਮੈਨੂੰ ਹਰ ਗੱਲ ਪਾਉਂਦੀ, ਰਹਿਮਿਆਂ ਕਰੇਲੇ ਵਿੱਚ ਕੌਲ ਜ਼ਰਾ ਦਫ਼ਾ ਕਰੋ, ਜ਼ਹਿਰ ਤੇ ਚਰੈਤਾ ਮੈਨੂੰ ਲੱਗਦਾ, ਨਿੰਮ ਤੇ ਤਰੇਕ ਦਾ ਭਰਾ ਮੈਨੂੰ ਲੱਗ, ਪੱਲੇ ਪੱਲੇ ਦੰਦਾਂ ਥੱਲੇ ਜੀ ਪਈ ਸੁੱਕਦੀ, ਖਾ ਮਰ ਲਈਏ ਤੇ ਤਰੇਹ ਨਹੀਂ ਮੁੱਕਦੀ, ਤੁਮੇ ਦੀਆਂ ਗੋਲੀਆਂ ਕਰੇਲਿਆਂ ਤੋਂ ਫਿੱਕੀਆਂ, ਇਹਦੇ ਨਾਲ ਚਾੜ ਲਓ ਕੁਨੀਨ ਦੀਆਂ ਟਿੱਕੀਆਂ। ਅਖੀਰ ਤੇ ਜੋ ਸਭ ਕਹਿੰਦੇ ਨੇ ਰਹਿਮਿਆਂ, ਇਹ ਕਾਮਨ ਮੈਨ ਹੈ ਜਿਹਨੇ ਵੋਟ ਦੇਣਾ ਹੁੰਦਾ, ਰਹਿਮਿਆਂ ਫਿਰ ਇੰਜ ਕਰ ਤੂੰ ਏ ਕੋਈ ਰਾਹ ਦੇ, ਪੁੱਛੇ ਤੇ ਬਤਾਊਂ, ਬਤਾਊਂ ਔਰ ਬੈਂਗਣ ਔਰ ਭੱਠੇ ਹੀ ਕੋਈ ਗੱਲ ਹੈ, ਪੁੱਛੇ ਤੇ ਬਤਾਊਆਂ ਦਾ ਵੀ ਆਪਣਾ ਅੰਦਰ ਆਪ ਤੁਹਾਡਾ ਭਲਾ ਕਰੇ, ਕਿੱਡੀ ਸੋਹਣੀ ਗੱਲ ਹੈ। ਵਾਹ 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 ਵਾਹ, ਇਹੋ ਜੇ ਜ਼ੈਕੇ ਵਾਲਾ ਹੋਰ ਕਿਹੜਾ ਫਲ ਹੈ, ਕਾਲੇ ਕਾਲੇ ਗੇ ਲਿਸ਼ਕਦੇ ਤੇ ਗੋਲ ਮੋਲ ਚਾੜ ਲਓ ਚੌਧਰੀ ਜੀ, ਲਾਉਣ ਤੇ ਬਤਾਊਂ ਚੌਲ ਚਾੜ ਲਓ,
ਅੰਦਰ ਐਵੇਂ ਪਕਾਉਣ ਤੇ ਜੀ ਬੜਾ ਕਰਦਾ ਹੈ, ਇਹ ਭੱਠਿਆਂ ਦੀ ਗਰਮੀ ਤੋਂ ਦਿਲ ਜ਼ਰਾ ਡਰਦਾ, ਅੰਦਰ ਸਾਚੇ ਜੀ ਚੌਧਰੀ ਜੀ ਢਿੱਡ ਕਾਹਨੂੰ ਬਾਲਣਾ, ਉਹ ਖਾਣ ਵਾਲੀ ਚੀਜ਼ ਦੇਖੋ ਮੈਂਗਣਾ ਨਾ ਸਾਲਣਾ। ਕਿਆ ਬਾਤ ਹੈ, ਉਹ ਭੱਠਿਆਂ ਦੇ ਡੱਕ ਵੀ ਸੱਟਣੇ ਜ਼ਰੂਰ ਨੇ, ਕਾਹਨੂੰ ਭਿਭਾਈਏ ਸਾਡੇ ਢਿੱਡ ਕੋਈ ਤੰਦੂਰ ਨੇ, ਦਫ਼ਾ ਕਰੋ ਭੱਠਿਆਂ ਨੂੰ ਭੱਠੇ ਕਾਹਨੂੰ ਸਾੜੀਏ, ਅਫਸ਼ੀਆਂ ਨੂੰ ਚੌਧਰੀ ਜੀ ਕਰ ਕਾਨੂੰ ਵਾੜੀਏ, ਅਤੇ ਕਾਲਿਆਂ ਦੇ ਨਾਲ ਕਾਨੂੰ ਮਾਰੀਏ ਉਡਾਰੀਆਂ ਸਾਡੀਆਂ ਤਾਂ ਹੈਣ ਅਮਰੀਕਾ ਨਾਲ ਹੀ ਯਾਰੀਆਂ, ਅੰਦਰ ਵੱਧ ਵੱਧ ਬੋਲਣਾ ਐਵੇਂ ਪੜ ਬੋਲਿਆ, ਉਹ ਇਹ ਸਬਜ਼ੀਆਂ ਤੋਂ ਜਾ ਤੂੰ ਸਿਆਸਤਾਂ ਨੂੰ ਬੋਲਿਆ, ਦੂਜੇ ਦੀ ਵੀ ਸੁਣ ਕੁਝ, ਦੂਜੇ ਨੂੰ ਵੀ ਕਹਿਣ ਦੇ ਹਕੂਮਤਾਂ ਦੀ ਗੱਲ ਤੂੰ ਹਕੂਮਤਾਂ ਦੇ, ਚੰਗਾ ਫਿਰ ਬੁੱਝ ਭਲਾ ਮੇਰਾ ਕੀ ਖਿਆਲ ਆਉਂਦਾ, ਬੁੱਝ ਲਈ ਚੌਧਰੀ ਜੀ ਛੋਲਿਆਂ ਦੀ ਦਾਲ। ਅਨਵਰ ਸਾਹਿਬ, ਆਪਕੀ ਜੋ ਪੋਇਟਰੀ ਕਾ ਸਟਾਈਲ ਹੈ ਉਸਮੇ ਐਕਟਿੰਗ ਔਰ ਰੀਐਨੈਕਟਮੈਂਟ ਵੀ ਬਹੁਤ ਹੈ, ਜਿਸ ਤਰ੍ਹਾਂ ਆਪ ਅਭੀ ਪਹਿਲੇ ਪੜ੍ਹ ਰਹੇ ਥੇ। ਭਾਈ ਇਹ ਬਾਤ ਆਪਨੇ ਬਹੁਤ ਸਹੀ ਕਹੀ ਹੈ, ਮੇਰੀ ਸ਼ਾਇਰੀ ਕੇ ਅੰਦਰ ਅਦਾਕਾਰੀ ਕਾ ਵੀ ਹੈ ਉਨਸੁਰ, ਔਰ ਇਹ ਤੋਂ ਯਹਾਂ ਜਬ ਦਲੀਪ ਕੁਮਾਰ ਆਏ ਥੇ, ਯੇ ਸ਼ਾਇਦ ਵਾਕਿਆ ਆਪਕੋ ਨਹੀਂ ਮਾਲੂਮ, ਤੋ ਮੈਨੇ ਉਨ ਪੇ ਨਜ਼ਮ ਲਿਖੀ, ਯੂਸੁਫ ਖਾਨ ਅੱਛਾ, ਮੈਨੇ ਉਹਨੇ ਨਜ਼ਮ ਲਿਖੀ, ਤੋ ਉਹਨੇ ਸ਼ੁਰੂ ਮੈਂ ਮੈਨੇ ਬਤਾਇਆ ਕਿ ਅਦਾਕਾਰੀ ਕਿਆ ਹੋਤੀ, ਯੂਸੁਫ ਖਾਨ ਕੋ ਬਤਾ ਰਹਾ ਹੂੰ, ਦਲੀਪ ਕੁਮਾਰ ਕੋ ਕਿ ਅਦਾਕਾਰ ਕੋ ਜੋ ਮਾਲੂਮ ਹੈ ਉਸੇ ਇਸ ਤਰ੍ਹਾਂ ਅਦਾ ਕਰਨਾ ਜੈਸੇ ਮਾਲੂਮ ਨਹੀਂ ਹੈ। ਬਿਲਕੁਲ, ਵਾਕਿਆ ਇਹ ਹੈ ਕਿ ਅਗਲਾ ਸਾਨੀਆਂ ਅਨਗਿਨਤ ਅਸਰਾਰ ਕੇ ਪਰਦੋ ਮੈਂ ਹੈ, ਲੇਕਿਨ ਫਿਲਮੀ ਕਹਾਣੀ ਕੇ ਤੋ ਹਰ ਕਿਰਦਾਰ ਕੋ ਆਪਣੀ ਸਾਰੀ ਦਾਸਤਾਂ ਮਾਲੂਮ ਹੈ, ਔਰ ਮਸਲਾ ਇਹ ਹੈ ਕਿ ਉਸ ਮਾਲੂਮ ਕੋ ਯੂੰ ਬਸਰ ਕਰਨਾ ਕਿ ਜੈਸੇ ਹਰ ਘੜੀ, ਯਾਨੀ ਨਾ ਮਾਲੂਮ ਕਿਸਮ ਕੀ ਹੈ। ਜਬ ਫਿਰ ਦਲੀਪ ਸਾਹਿਬ ਕੀ ਵਾਰੀ ਆਈ ਤੋ ਉਹਨੇ ਇਹ ਬੜੇ ਆਦਮੀ ਕਾ ਜ਼ਰਫ ਵੀ ਬੜਾ ਹੋਤਾ, ਬਿਲਕੁਲ, ਉਸਨੇ ਉੱਠ ਕੇ ਮੇਰੀ ਤਰਫ ਇਸ਼ਾਰਾ ਕਰਕੇ ਕਿਹਾ ਕਿ ਇਹ ਸ਼ਖਸ ਕਿਸੀ ਦਲੀਪ ਸੇ ਕਮ ਨਹੀਂ, ਔਰ ਇਹ ਬਾਤ ਬੜੀ ਦਿਲਚਸਪ ਹੈ। ਮੈਂ ਇੱਕ ਦਫ਼ਾ ਥਾ ਐਬਟਾਬਾਦ ਮੈਂ, ਔਰ ਮੇਰੇ ਸਾਥ ਅਹਿਮਦ ਅਸੀਮ ਕਾਸਮੀ, ਅੱਲਾ ਬਖਸ਼ੇ, ਕਹਿਣੇ ਲੱਗੇ ਪਤਾ ਨਹੀਂ ਉਹਨੇ ਕਿਹਾ ਤੂੰ ਜੀ ਕਿ ਅਨਵਰ ਮਸੂਦ ਤੁਹਾਰੀ ਸ਼ਾਇਰੀ ਕੀ ਖਾਸ ਬਾਤ ਕਿਆ ਹੈ, ਤੋ ਮੈਨੇ ਕਾਸਮੀ ਸਾਹਿਬ ਸੇ ਕਿਹਾ ਕਿ ਮੇਰੇ ਹਾਂ ਕੁਛ ਅਦਾਕਾਰੀ ਕਾ ਉਨਸੁਰ ਹੈ, ਤੋ ਕਾਸਮੀ ਸਾਹਿਬ ਨੇ ਕਿਹਾ ਬਿਲਕੁਲ ਗਲਤ, ਬਿਲਕੁਲ ਗਲਤ, ਤੁਹਾਰੇ ਹਾਂ ਬੁਨਿਆਦੀ ਬਾਤ ਜੋ ਹੈ ਵੋ ਆਬਜ਼ਰਵੇਸ਼ਨ ਹੈ, ਆਬਜ਼ਰਵੇਸ਼ਨ। ਤੋ ਵੈਸੇ ਕਭੀ ਸ਼ੌਕ ਨਹੀਂ ਹੁਆ ਅਦਾਕਾਰੀ ਕਰਨੇ ਕਾ? ਸ਼ੌਕ ਥਾ, ਲੇਕਿਨ ਮੇਰਾ ਮਾਹੌਲ ਐਸਾ ਨਹੀਂ ਥਾ ਕਿ ਮੈਂ ਇਸ ਤਰਫ ਜਾਤਾ। ਆਖਿਰ ਬੰਦਾ ਕਿੰਨੇ ਕੋਈ ਸ਼ੌਕ ਕਰੇ, ਦੇਖੋ ਜੀ ਮੁਝੇ ਸ਼ੇਰ ਕਾ ਸ਼ੌਕ ਥਾ, ਸਭ ਸੇ ਜ਼ਿਆਦਾ ਮੁਝੇ ਜੋ ਚੀਜ਼ ਪਸੰਦ ਥੀ, ਇੱਕ ਤੋ ਯੇ ਕਿ ਮੈਂ ਉਹ ਟੀਚਰ ਬਣਨਾ ਚਾਹਤਾ ਥਾ, ਮੈਂ ਜਬ ਦੇਖਤਾ ਥਾ ਕਿ ਟੀਚਰ ਨੇ ਫੁਲਾਂ ਬਾਤ ਕੀ ਹੈ, ਤੋ ਮੈਂ ਸੋਚਤਾ ਥਾ ਯੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨੀ ਚਾਹੀਏ ਥੀ। ਅਜ਼ੀਜ਼ੋ ਮੈਂ ਇੱਕ ਬਾਤ ਬਤਾਊਂ ਆਪਕੋ, ਜੋ ਤਦਰੀਸੀ ਕੈਰੀਅਰ ਹੈ ਮੇਰਾ,
जब भी किसी बच्चे ने मुझसे ऐसा सवाल किया जिसका जवाब मुझे नहीं आता था तो सबसे पहले मैंने उसका शुक्रिया अदा किया।